ਕਿ ਤਕਰੀਬਨ ਅਸੀਂ 3-4 ਮਹੀਨੇ ਤੋਂ ਤੁਹਾਡੇ ਨਾਲ ਸਫਾਈ ਦਾ ਜੋ ਅਭਿਆਨ ਚਲਾਇਆ ਸੀ, ਕਿਤੇ ਨਾ ਕਿਤੇ ਕਾਫੀ ਜਗ੍ਹਾ 'ਤੇ ਸਾਨੂੰ ਸਫਲਤਾ ਮਿਲੀ ਹੈ, ਕਿਉਂਕਿ ਬਰਸਾਤਾਂ ਦਿਨ ਹੈ, ਸਾਉਣ ਦਾ ਮਹੀਨਾ ਨੇੜੇ ਆ ਰਿਹਾ ਸੀ, ਇਸਨੂੰ ਦੇਖਦੇ ਹੋਏ ਅਸੀਂ ਕਾਫੀ ਇੰਤਜ਼ਾਮ ਕੀਤੇ ਸੀ ਕਿ ਬੁੱਢੇ ਨਾਲ ਸਾਫ਼ ਸੁਥਰਾ ਕਰ ਦਈਏ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਰਾਹਤ ਮਿਲ ਜਾਏ, ਪਰ ਕਿਤੇ ਨਾ ਕਿਤੇ 2-4 ਜਗ੍ਹਾ 'ਤੇ ਮੁਸ਼ਕਿਲ ਆਈ ਹੈ। ਅਸੀਂ ਤਕਰੀਬਨ 2-2:30 ਵਜੇ ਤੋਂ ਕੌਰ ਪਿੰਡ ਦਾ ਔਨਲਾਈਨ ਸੈੱਲ ਔਰ ਸਾਰੇ ਅਫੀਸਰ ਜਵਾਨ ਅਸੀਂ ਦਰਿਆ ਦੇ ਕੰਢੇ 'ਤੇ ਘੁੰਮ ਰਹੇ ਹਾਂ, ਔਰ ਸਾਡੇ ਵਾਰਡ ਦੇ ਕੌਂਸਲਰ ਡਾਕਟਰ ਜੈ ਪ੍ਰਕਾਸ਼ ਵੀ ਤਕਰੀਬਨ ਸਾਰੀ ਟੀਮ ਲੱਗ ਕੇ ਦਰਿਆ 'ਤੇ ਲੱਗੇ ਹੋਏ ਹਾਂ, ਔਰ ਤਕਰੀਬਨ ਆਸ ਹੈ ਕਿ ਅਸੀਂ ਤਕਰੀਬਨ ਲੋਕਾਂ ਨੂੰ ਕਿਤੇ ਮੁਸ਼ਕਿਲ ਨਹੀਂ ਆਉਣ ਦੇਵਾਂਗੇ, ਕਿਉਂਕਿ ਕੁਦਰਤ ਵੱਲੋਂ ਇਹ ਬਰਸਾਤ ਜਿਹੜੀ ਸਾਰੀ ਰਾਤ ਦੀ ਚੱਲ ਰਹੀ ਹੈ, ਹੁਣ ਵੀ ਚੱਲ ਰਹੀ ਹੈ, ਕਿ ਜੇ ਬਰਸਾਤ ਬੰਦ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਬਹੁਤ ਵੱਡੀ ਰਾਹਤ ਮਿਲੇਗੀ। ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿੰਨੇ ਕੁ ਇੰਤਜ਼ਾਮ ਕੀਤੇ ਹੋਏ ਨੇ, ਜਿੰਨਾ ਕੁ ਸਾਡਾ ਆਪਣਾ ਜਿਹੜਾ ਦਰਿਆ 'ਤੇ ਲੱਗਿਆ ਹੋਇਆ, ਕਿ ਕਿਤੇ ਵੀ ਕਿਸੇ ਪਬਲਿਕ ਨੂੰ ਅਸੀਂ ਮੁਸ਼ਕਿਲ ਨਹੀਂ ਆਉਣ ਦੇਣੀ, ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇੰਤਜ਼ਾਮ ਜਿਹੜੇ ਪੂਰੇ ਮੁਕੰਮਲ ਹੋਣਗੇ, ਔਰ ਤਕਰੀਬਨ ਸਾਰਾ ਇੰਤਜ਼ਾਮ ਅਸੀਂ ਰਲ ਮਿਲ ਕੇ ਜਿੰਨੇ ਅਫੀਸਰ ਜਵਾਨ ਕੌਂਸਲਰ ਸਾਹਿਬਾਨ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ, ਉਹ ਸਾਡੀ ਟੀਮ ਜਿਹੜੀ ਵਰਕ ਕਰ ਰਹੀ ਹੈ, ਉਹ ਕਿਤੇ ਨਾ ਸਾਰੇ ਲੋਕਾਂ ਦੇ ਵਿੱਚ ਸਹਾਈ ਕੰਮ ਦੇ ਸਹਾਈ ਹੋਏਗੀ, ਲੋਕਾਂ ਨੂੰ ਫਾਇਦਾ ਦੇ ਵਿੱਚ ਕੰਮ ਆਊ। ਹਾਂ ਤਕਰੀਬਨ ਸਾਡਾ, ਮੈਂ ਦੱਸਿਆ ਤੁਹਾਨੂੰ ਬੋਲਦੇ ਕਿ 1-2 ਜਗ੍ਹਾ 'ਤੇ ਸਾਨੂੰ ਨੁਕਸਾਨ ਹੋਇਆ, ਜਿਵੇਂ ਕੁੰਦਨਪੁਰੀ ਦੇ ਵਿੱਚ ਸਾਡੇ ਕੁਛ ਘਰਾਂ 'ਚ ਪਾਣੀ ਗਿਰ ਹੋਇਆ, ਪਰ ਅਸੀਂ ਉੱਥੇ ਇੰਤਜ਼ਾਮ ਕਰ ਦਿੱਤਾ, ਸਾਡੀ ਡਿਸਪੋਜ਼ਲ ਵੀ ਚੱਲ ਰਹੀ ਹੈ, ਔਰ 2 ਜਨਰੇਟਰ ਇੰਜਣ ਵੀ ਲਗਾ ਦਿੱਤੇ ਨੇ ਜਿਹੜੇ ਇਮੀਡੀਏਟ ਲੱਗ ਕੇ ਸਾਰਾ ਪਾਣੀ ਸੱਕ ਕਰ ਲੈਂਦੇ। ਦੇਖੋ ਸਾਨੂੰ ਅਜੇ 4 ਮਹੀਨੇ ਹੋਏ ਆ, ਰਾਈਟ, ਜੋ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਹੁਕਮਰਾਨਾਂ ਨੇ ਇੱਥੇ ਬੇਨਿਯਮੀਆਂ ਵਰਤੀਆਂ ਨੇ, ਹਾਫ ਉਧਰੇ ਹੋ ਕੇ ਉਹਨਾਂ ਨੇ ਕੰਮ ਕਰਾਏ ਨੇ, ਉਹਨਾਂ ਦਾ ਖਮਿਆਜ਼ਾ ਜਨਤਾ ਵੀ ਭੁਗਤ ਰਹੀ, ਅਸੀਂ ਵੀ ਭੁਗਤ ਰਹੇ ਹਾਂ, ਜੋ ਕਿ ਹੁਣ ਅਸੀਂ ਪ੍ਰੋਪਰ ਵੇ 'ਤੇ, ਤੁਸੀਂ ਅੰਡਰਪਾਸ ਦੇ ਵਿੱਚ ਪਾਣੀ ਖੜ੍ਹਾ ਸੀ, ਤੁਸੀਂ ਦੇਖੋ ਉੱਥੇ ਮਸ਼ੀਨਾਂ ਚਲਾ ਕੇ ਆਏ ਹਾਂ, ਉੱਥੇ 1 ਤੁਬਕਾ ਵੀ ਪਾਣੀ ਦਾ ਨਹੀਂ ਹੈਗਾ, ਔਰ ਜਿੱਥੇ ਵੀ ਸਾਨੂੰ ਪਤਾ ਲੱਗ ਰਿਹਾ ਹੈਗਾ ਮੇਰੇ ਹਲਕੇ 'ਚ, ਖਾਸ ਕਰ ਹਲਕਾ ਪੱਛਮੀ ਦੇ ਵਿੱਚ, ਉੱਥੇ ਮੈਂ ਜਾ ਕੇ ਆਪ ਉੱਥੇ ਅਫਸਰਾਂ ਨੂੰ ਨਾਲ ਲੈ ਕੇ ਅਸੀਂ ਉਹ ਕੰਮ ਕਰਵਾ ਰਹੇ ਹਾਂ, ਅਤੇ ਜਿੰਨੀ ਜਲਦੀ ਹੋ ਸਕਿਆ ਅਸੀਂ ਇਸ ਤੋਂ ਨਿਜਾਤ ਦਿਲਾਵਾਂਗੇ ਆਪਣੇ ਸ਼ਹਿਰੀਆਂ ਨੂੰ। ਦੇਖੋ ਚੰਡੀਗੜ੍ਹ ਰੋਡ ਮੇਰੀ ਕੌਂਸਟੀਚੁਐਂਸੀ 'ਚ ਨਹੀਂ ਆਉਂਦਾ, ਪਹਿਲੀ ਗੱਲ ਮੈਂ ਦੱਸ ਦੇਵਾਂ, ਸਰਕਾਰ ਸਾਡੀ ਹੈ, ਤੁਸੀਂ ਚੰਗਾ ਸਾਡੇ ਲਿਆਤੀ ਨਿਗਾਹ ਦੇ ਵਿੱਚ ਹੀ, ਅਸੀਂ ਉੱਧਰ ਵੀ ਧਿਆਨ ਦੇ ਕੇ ਜੋ ਵੀ ਉੱਥੋਂ ਦਾ ਕੰਮ ਹੋਣ ਵਾਲਾ ਅਸੀਂ ਕਰਾਵਾਂਗੇ। ਉਹ ਮੈਂ ਮੌਕ ਤੁਸੀਂ ਮੇਰੀ ਹੁਣ ਮੇਰੀ ਤੁਸੀਂ ਨਿਗਾਹ 'ਚ ਲਿਆਂਦੀ ਆ ਗੱਲ, ਤੁਸੀਂ ਮੇਰੀ ਨਿਗਾਹ 'ਚ ਹੁਣ ਗੱਲ ਲਿਆਂਦੀ ਆ, ਮੈਂ ਉਹ ਵੀ ਫੌਰੀ ਤੌਰ 'ਤੇ ਇੱਥੋਂ ਵਿਹਲਾ ਹੋ ਕੇ ਸਿੱਧਾ ਅਸੀਂ ਉੱਥੇ DC ਆਫਿਸ ਜਾਵਾਂਗੇ, ਜੋ ਵੀ ਉੱਥੇ ਬੇਨਿਯਮੀਆਂ ਨੇ ਜਾਂ ਜੋ ਵੀ ਸਫਾਈ ਰੋਡ ਜਲੀਆਂ ਦੀ ਹੋਣ ਵਾਲੀ ਆ, ਜਾਂ ਕਿਤੇ ਲੱਗ ਰਿਹਾ ਸਾਨੂੰ ਕਿਤੇ ਵੀ ਹੈਗਾ ਲੋਅ ਲਿੰਗ ਏਰੀਆ ਜਿੱਥੇ ਕਿ ਪਾਣੀ ਦੀ ਨਿਕਾਸੀ ਨਹੀਂ ਹੈਗੀ, ਉਹਦਾ ਜੋ ਵੀ ਪੁਖਤਾ ਇੰਤਜ਼ਾਮ ਆ ਉਹ ਅਸੀਂ ਕਰਾਂਗੇ। ਦੇਖੋ ਬੁੱਢਾ ਨਾਲਾ ਇੱਕ ਸਾਡੇ ਵਾਸਤੇ ਕੈਂਸਰ ਬਣ ਚੁੱਕਿਆ, ਸਾਡੇ ਸਾਰਿਆਂ ਵਾਸਤੇ, ਔਰ ਇਸ ਤੋਂ ਨਿਜਾਤ ਦਿਲਾਉਣਾ ਸ਼ਹਿਰੀਆਂ ਵਾਸਤੇ ਬਹੁਤ ਜ਼ਰੂਰੀ ਹੈ, ਜਿਹਦੇ ਲਈ ਦੇਖੋ ਮਾਨਯੋਗ ਸਾਡੇ ਸਪੀਕਰ ਸਾਹਿਬ ਵੀ ਕੱਲ੍ਹ ਸੰਧਵਾ ਸਾਹਿਬ ਵੀ ਇੱਥੇ ਹੋ ਕੇ ਗਏ ਨੇ, ਉਸ ਤੋਂ ਪਹਿਲਾਂ ਸਾਡੀ ਜਿਹੜੀ ਵਿਧਾਨ ਸਭਾ ਕਮੇਟੀ ਸੀਗੀ ਲੋਕਲ ਗਵਰਨਮੈਂਟ ਦੀ ਬਣੀ ਹੋਈ, ਅਤੇ ਉਹ ਵੀ ਇੱਥੇ ਮੈਂ ਲੈ ਕੇ ਗਿਆ ਸੀ ਸਾਰਿਆਂ ਨੂੰ, ਅਸੀਂ ਬਾਕੀ MLA ਸਾਹਿਬਾਂ ਲੈ ਕੇ ਗਏ ਸੀਗੇ, ਉਹ ਅਸੀਂ ਇਹਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਵੀ ਸਾਡਿਆਂ ਨੇ ਇਹਦੇ ਉੱਤੇ ਬੜੀ ਸੰਜੀਦਗੀ ਦਿਖਾਉਂਦੇ ਹੋਏ ਲਗਾਤਾਰ ਮੀਟਿੰਗਾਂ ਜਾਰੀ ਨੇ, ਔਰ ਬਹੁਤ ਜਲਦੀ ਤੁਹਾਨੂੰ ਇਹਦਾ ਵੀ ਤੁਹਾਨੂੰ ਅਸੀਂ ਰਿਜ਼ਲਟ ਦੇਵਾਂਗੇ। ਮੀਆਂ ਮੁਰਾਦ ਅਲੀ ਜੀ, ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ, ਹਰ ਸਮੱਸਿਆ ਦਾ ਸਮਾਧਾਨ, ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਰਾਇਆ, ਲੋਟਰੀ ਨੰਬਰ ਹੋਵੇ ਜਾਂ ਲੋਟੋ ਮੈਕਸ 649।
मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद में मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 98417 18786 97797 24075।